ਸ਼ਿਕਾਲ ਜੀ ਮੇਰੇ ਵੱਲੋਂ ਯਾਨੀ ਜਸਮੀਤ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸ਼ਿਕਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਅੱਜ ਮੇਰੇ ਨਾਲ ਹੀ ਪ੍ਰੀਤੀ ਸਪਰੂ ਮੈਮ ਕਰਾਂਗੇ ਉਹਨਾਂ ਦੇ ਗੱਲ ਸਤਿ ਸ਼ਿਕਾਲ ਮੈਮ ਸਤਿ ਸ਼ਿਕਾਲ ਪਹਿਲਾਂ ਪੰਜਾਬੀ ਗਰੁੱਪ ਤੇ ਮੇਰਾ ਵਾਅਦਾ ਥੈਂਕ ਯੂ ਸੋ ਮਚ ਜੀ ਸੋ ਮਚ ਬਹੁਤ ਜ਼ਿਆਦਾ ਖੁਸ਼ੀ ਹੋਈ ਇੰਨੀ ਦੇਰ ਬਾਅਦ ਅਸੀਂ ਤੁਹਾਨੂੰ ਫਿਰ ਫਿਲਮਾਂ ਦੇ ਵਿੱਚ ਦੇਖਾਂਗੇ ਮੈਮ ਸਭ ਤੋਂ ਪਹਿਲਾਂ ਸਾਨੂੰ ਆਪਣੇ ਕਰੈਕਟਰ ਦੇ ਬਾਰੇ ਦੱਸੋ ਕਿ ਤੁਸੀਂ ਫਿਲਮ ਦੇ ਵਿੱਚ ਕੀ ਕਰੈਕਟਰ ਮੈਂ ਇਸ ਫਿਲਮ ਵਿੱਚ ਲੋਕਾਂ ਨੂੰ ਜ਼ਰੂਰ ਕਿਉਂਕਿ ਉਹਨਾਂ ਨੇ ਮੈਨੂੰ ਸਿਰਫ ਹੀਰੋਇਨ ਵੇਖਿਆ ਅਤੇ ਰੋਮਾਂਸ ਡਾਂਸਿੰਗ ਡਰਾਮਾ ਉਹਦੇ ਵਿੱਚ ਇਹ ਫਿਲਮ ਡਿਫਰੈਂਟ ਹੈ ਹੱਟ ਕੇ ਹੈ ਦਿਸ ਇਜ਼ ਲਿਟਲ ਲਾਈਟ ਫਿਲਮ ਐਂਡ ਫੈਮਿਲੀ ਐਂਟਰਟੇਨਰ ਅਤੇ ਮੈਂ ਇਹਦੇ ਵਿੱਚ ਯੂ ਨੋ ਫਿਲਮ ਦਾ ਨਾਂ ਹੈ ਕਾਕੇ ਦਾ ਵਿਆਹ ਅਤੇ ਕਾਕਾ ਮੇਰਾ ਹੈ ਅਤੇ ਮੇਰੀ ਸੱਸ ਹੈ ਨਿਰਮਲ ਰਿਸ਼ੀ ਸੋ ਵੀ ਹੈਵ 3 ਜਨਰੇਸ਼ਨਸ ਹੇਅਰ ਨਿਰਮਲ ਰਿਸ਼ੀ ਵਾਂਟਸ ਕਾਕਾ ਟੂ ਮੈਰੀ ਬਿਕੋਜ਼ ਸ਼ੀ ਡਜ਼ਨਟ ਲਾਈਕ ਮੀ ਸ਼ੀ ਵਾਂਟਸ ਕਾਕੇ ਦਾ ਵਿਆਹ ਉਹਨਾਂ ਦੀ ਮਰਜ਼ੀ ਨਾਲ ਹੋਏ ਮੈਂ ਚਾਹੁੰਦੀ ਹਾਂ ਕਿ ਮੇਰੀ ਮਰਜ਼ੀ ਨਾਲ ਹੋਏ ਅਤੇ ਕਾਕਾ ਚਾਹੁੰਦਾ ਕਿਸੇ ਕੁੜੀ ਨੂੰ ਉਹ ਚਾਹੁੰਦਾ ਉੱਥੇ ਹੋਏ ਅਤੇ ਫਿਰ ਕਿਹਦੇ ਨਾਲ ਹੋਏਗਾ ਉਹ ਪਿਆ ਹੋਇਆ ਰੌਲਾ ਵਾਲਾ ਮੈਨੂੰ ਕਾਫੀ ਫਿਲਮਾਂ ਆਫਰ ਹੋਈਆਂ ਸੀ ਬਟ ਇਹ ਫਿਲਮ 'ਚ ਮੈਨੂੰ ਲੱਗਿਆ ਕਿ ਦ ਰੋਲ ਇਜ਼ ਸੈਂਟਰਲ ਐਂਡ ਥੋੜ੍ਹਾ ਇੰਟਰਸਟਿੰਗ ਹੈ ਮੇਰੇ ਲਈ ਡਿਫਰੈਂਟ ਰੋਲ ਹੈ ਐਂਡ ਮੈਨੂੰ ਡਾਇਰੈਕਟਰ ਯੁਵਰਾਜ ਇਜ਼ ਨੋਨ ਟੂ ਅਸ ਐਂਡ ਵੈਨ ਹੀ ਨਰੇਟਿਡ ਮੀ ਦ ਸਬਜੈਕਟ ਨਾ ਜਦ ਸਟਾਰਟ ਟੂ ਫਿਨਿਸ਼ ਇਹਨੇ ਮੈਨੂੰ ਸਬਜੈਕਟ ਸੁਣਾਇਆ ਮੈਨੂੰ ਲੱਗਿਆ ਫਿਲਮ ਇੰਟਰਸਟਿੰਗ ਹੈ ਫਿਲਮ ਚੱਲ ਸਕਦੀ ਹੈ ਜੇ ਚੰਗੀ ਬਣਾਈ ਜਾਏ ਅਤੇ ਮੈਨੂੰ ਉਮੀਦ ਹੈ ਬਹੁਤ ਇਨ ਯੰਗ ਮੁੰਡਿਆਂ ਤੋਂ ਯੁਵਰਾਜ ਐਂਡ ਵਿਨੀਤ ਤੋਂ ਕਿ ਇਹ ਚੰਗੀ ਫਿਲਮ ਬਣਾਉਣਗੇ ਇਹ ਇਹਦੇ ਵਿੱਚ ਜੋਰਡਨ ਸੰਧੂ ਇਜ਼ ਦਾ ਹੀਰੋ ਐਂਡ ਵਟਸ ਨੇਮ ਗਰੇਵਾਲ ਪ੍ਰਭਜੋਤ ਗਰੇਵਾਲ ਹਾਂ ਸ਼ੀ ਇਜ਼ ਦਾ ਰੋਮੈਂਟਿਕ ਹੀਰੋਇਨ ਆਪੋਜ਼ਿਟ ਹਿਮ ਆਈ ਐਂਡ ਰਿਸ਼ੀ ਜੀ ਆਰ ਇਨ ਸੈਂਟਰਲ ਰੋਲਸ and there are very famous comedians yeah all of them in the film and it is quite an interesting film hai na so I parivarik film hai pehli baat to it is not vulgar it is situational comedy ਹਾਂਜੀ ਮੈਂ ਔਗਸਟ ਵਿੱਚ ਹੀ ਔਗਸਟ ਐਂਡ ਵਿੱਚ ਫਿਲਮ ਸ਼ੁਰੂ ਕਰ ਰਹੀ ਹਾਂ ਜੈਪ੍ਰਧਾ ਨੂੰ ਲੈ ਕੇ ਮਰਾਠੀ ਫਿਲਮ ਜਿਹੜੀ ਮੈਂ ਪ੍ਰੋਡਿਊਸ ਡਾਇਰੈਕਟ ਕਰ ਰਹੀ ਹਾਂ ਉਹਦੇ ਬਾਅਦ ਮੇਰੇ ਲਈ ਦੋ ਪੰਜਾਬੀ ਸਕ੍ਰਿਪਟਸ ਰੈਡੀ ਨੇ ਲਵ ਸਟੋਰੀਜ਼ ਹੈ ਇੱਕ ਐਕਸ਼ਨ ਲਵ ਸਟੋਰੀ ਹੈ ਬੇਸਡ ਇਨ ਕਸ਼ਮੀਰ ਐਂਡ ਇੱਕ ਪੰਜਾਬ ਐਂਡ ਰਾਜਸਥਾਨ ਵਿੱਚ ਯੂ ਨੋ ਦੋ ਸਕ੍ਰਿਪਟਸ ਰੈਡੀ ਨੇ ਮੈਂ ਦੋਨੋਂ ਵਿੱਚ ਇੱਕ ਸ਼ੁਰੂ ਕਰ ਦਿਆਂਗੀ ਆਫਟਰ ਮਰਾਠੀ ਉਹ ਤਾਂ ਡਿਫਰੈਂਸ ਕਾਫੀ ਬਿਕੋਜ਼ ਮੈਂ ਹਿੰਦੀ ਵਿੱਚ ਵੀ ਮਤਲਬ ਆਈ ਵਰਕਡ ਵਿਦ ਦ ਬਿਗੇਸਟ ਬੈਨਰਸ ਹੈ ਨਾ ਪ੍ਰਕਾਸ਼ ਮਹਿਰਾ ਜਿਓਮ ਪ੍ਰਕਾਸ਼ ਮੋਹਨ ਕੁਮਾਰ ਆਲ ਦੀਸ ਪੀਪਲ ਐਂਡ ਉੱਥੇ ਕੀ ਹੈ ਕਿ ਹਿੰਦੀ ਫਿਲਮਾਂ 'ਚ ਮਤਲਬ ਆਰਾਮ ਨਾਲ ਕੰਮ ਹੁੰਦਾ ਨਾ ਇੱਕ ਸੀਨ ਇੱਕ ਦਿਨ ਵਿੱਚ ਇੰਨੇ ਐਕਟਰਸ ਹੁੰਦੇ ਹੈ ਓਕਿਪਾਈਡ ਬਹੁਤ ਵੱਡਾ ਯੂਨਿਟ ਹੁੰਦਾ ਹੈ ਐਂਡ ਥੋੜ੍ਹਾ ਮਤਲਬ ਪੰਜਾਬੀ ਵਿੱਚ ਉਹ ਜਿਹੜਾ ਸਾਡਾ ਪੰਜਾਬੀ ਜਿਹੜਾ ਕਲਚਰ ਹੈ ਨਾ ਸੱਭਿਆਚਾਰ ਉਹ ਗੁਲਾ ਹੋਇਆ ਹੁੰਦਾ ਹੈ ਇੱਥੇ ਜ਼ਿਆਦਾ ਮਤਲਬ ਯੂ ਫੀਲ ਐਟ ਹੋਮ ਐਂਡ ਵੈਰੀ ਅਫੈਕਸ਼ਨੇਟ ਮਾਹੌਲ ਹੁੰਦਾ ਪੰਜਾਬੀ ਫਿਲਮਾਂ ਦਾ ਹਿੰਦੀ ਵਿੱਚ ਤੁਸੀਂ ਦੇਖੋਗੇ ਹਰ ਕਲਾਕਾਰ ਆਪਣੇ ਵਿੱਚ ਹੀ ਹੁੰਦਾ ਹੈ ਨਾ ਉਹ ਆਏਗਾ ਆਪਣਾ ਸ਼ਾਰਟ ਦੇਗਾ ਹੈਲੋ ਹੈਲੋ ਹਾਊ ਆਰ ਯੂ ਇੱਥੇ ਪਿਆਰ ਮੁਹੱਬਤ ਪੰਜਾਬ ਵਿੱਚ ਮੈਨੂੰ ਸਭ ਤੋਂ ਮੈਂ ਜਦ ਹਿੰਦੀ ਫਿਲਮਾਂ ਇੰਨੀ ਕਰ ਰਹੀ ਸੀ ਮੈਂ ਪੰਜਾਬੀ ਫਿਲਮਾਂ ਵੱਲ ਤੁਰੀ ਲੋਕਾਂ ਨੇ ਮੈਨੂੰ ਲੱਗਿਆ ਕਿ ਲੋਕਾਂ ਨੇ ਕਿਹਾ ਤੂੰ ਮੈਡ ਹੋ ਤੁਸੀਂ ਰਾਜੇਸ਼ ਖੰਨਾ ਨਾਲ ਸੈਕਿੰਡ ਲੀਡ ਕਰ ਰਹੇ ਹੋ ਧਰਮ ਜੀ ਨਾਲ ਮਰਦੋ ਵਾਲੀ ਬਾਤ ਇਹ ਸਭ ਅਤੇ ਤੁਹਾਨੂੰ ਕੀ ਲੋੜ ਹੈ ਕਿ ਤੁਸੀਂ ਪੰਜਾਬੀ ਫਿਲਮ ਜਾ ਕੇ ਕਰੋ ਤਾਂ ਰੀਜਨਲ ਫਿਲਮ ਹੈ ਬਟ ਮੈਂ ਪੰਜਾਬ ਨੂੰ ਮਤਲਬ ਆ ਕੇ ਮੈਨੂੰ ਪੰਜਾਬ ਇੰਨਾ ਸੋਹਣਾ ਲੱਗਿਆ ਸੀ ਮੈਨੂੰ ਇੰਨਾ ਇੱਥੇ ਦਾ ਮਾਹੌਲ ਇੱਥੇ ਦਾ ਸੱਭਿਆਚਾਰ ਇੰਨਾ ਚੰਗਾ ਲੱਗਿਆ ਸੀ ਕਿ ਆਈ ਡਿਸਾਈਡਿਡ ਆਈ ਵਿਲ ਮੈਰੀ ਅ ਪਰਸਨ ਆਲਸੋ ਫਰੋਮ ਪੰਜਾਬ ਆਈ ਲਿਵ ਇਨ ਪੰਜਾਬ ਅਤੇ ਮੈਨੂੰ ਪੰਜਾਬ ਨਾਲ ਪਿਆਰ ਹੋ ਗਿਆ ਸੀ ਇਸ ਲਈ ਆਈ ਸਟੇਡ ਹੇਅਰ ਹਾਂ ਯਾਰੀ ਜੱਟ ਦੀ ਅੱਜ ਕਿਹੜੀ ਫਿਲਮ ਕਰ ਸਕਦੀ ਯਾਰੀ ਜੱਟ ਦੀ ਨੇ 33 ਵੀਕਸ ਕੀਤਾ ਸੀ ਇੱਕ ਫਿਲਮ ਥੀਏਟਰ ਵਿੱਚ ਕੰਟੀਨਿਊਸਲੀ ਰਨਿੰਗ ਫੋਰ 33 ਵੀਕਸ ਹੇਅਰ ਇਨ ਜੰਮੂ ਤੋਂ ਰਿਕਾਰਡ ਬ੍ਰੇਕ ਕੀਤਾ ਸੀ
ਸੀਗੀ ਯਾਰੀ ਜੱਟੀ ਜਿੱਦਾਂ ਬਹੁਤ ਪੁਰਾਣੀਆਂ ਫਿਲਮਾਂ ਵੀ ਤੁਸੀਂ ਕੀਤੀਆਂ ਅਤੇ ਪੁਰਾਣੀ ਫਿਲਮ ਅਤੇ ਅੱਜ ਦੀ ਜਨਰੇਸ਼ਨ ਦੀ ਫਿਲਮਸ ਕਰਨ ਦੇ ਵਿੱਚ ਕਿੰਨਾ ਕੁ ਡਿਫਰੈਂਸ ਲੱਗਦਾ, ਕਿੰਨਾ ਕੁ ਚੇਂਜ ਆ ਗਿਆ? ਅੱਜ ਕੱਲ੍ਹ ਮੈਨੂੰ ਲੱਗ ਰਿਹਾ ਜ਼ਿਆਦਾਤਰ ਕਾਮੇਡੀ ਬੇਸਡ ਹੈ। ਪਹਿਲਾਂ ਫਿਲਮਾਂ 'ਚ ਮੇਹਰ ਮਿੱਤਲ ਜੀ ਹੁੰਦੇ ਸੀਗੇ ਕਾਮੇਡੀ ਲਈ, ਹਰ ਫਿਲਮ ਵਿੱਚ ਹੁੰਦੇ ਸੀ, ਥੋੜ੍ਹੀ ਕਾਮੇਡੀ ਹੁੰਦੀ ਸੀ, ਫਿਲਮਾਂ ਕਾਮੇਡੀ ਨਹੀਂ ਸੀਗੀ, ਫੈਮਿਲੀ ਡਰਾਮਾ ਹੁੰਦੇ ਸੀ, ਜ਼ਿਆਦਾ ਲਵ ਸਟੋਰੀਜ਼ ਹੁੰਦੇ ਸੀ। ਅਤੇ ਅੱਜ ਕੱਲ੍ਹ ਤਾਂ ਇਟਸ ਮੋਰ ਕਾਮੇਡੀ ਕਾਮੇਡੀ ਨਾ, ਇਟਸ ਟੋਟਲੀ, ਪਹਿਲਾਂ ਕਾਮੇਡੀਅਨ ਕਾਮੇਡੀ ਕਰਦਾ ਸੀ, ਅੱਜ ਤਾਂ ਹੀਰੋ ਹੀ ਕਾਮੇਡੀ ਕਰ ਰਹੇ ਨੇ। ਮੈਂ ਇਹ ਕਹਿਣਾ ਚਾਹਾਂਗੀ ਕਿ ਥੈਂਕ ਯੂ ਸੋ ਮੱਚ, ਤੁਸੀਂ ਮੈਨੂੰ ਇੰਨਾ ਪਿਆਰ ਦਿੱਤਾ ਸੀ, ਅਤੇ ਕਾਕੇ ਦੇ ਵਿਆਹ ਨੂੰ ਵੀ ਹੁਣ ਪਿਆਰ ਦੇਣਾ, ਵੇਖਣਾ ਜ਼ਰੂਰ, ਇਹ ਮੇਰੇ ਵੱਲੋਂ ਤੁਹਾਡੇ ਲਈ ਗਿਫਟ ਹੈ। ਥੈਂਕ ਯੂ। ਹਾਂਜੀ, ਮੈਂ ਪੰਜਾਬੀ ਨਿਊਜ਼ ਦੇ ਦਰਸ਼ਕਾਂ ਨੂੰ ਬੈਸਟ ਵਿਸ਼ਿਸ਼ ਦੇਣਾ ਚਾਹੁੰਦੀ ਹਾਂ, ਬਹੁਤ ਸਾਰਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ। ਥੈਂਕ ਯੂ।